ਪੁੱਲ ਤੇ ਬੁਲਾ ਕੇ ਸੰਦਰ ਵਾਲੀ ਪੁੱਲ ਤੇ ਬੁਲਾ ਕੇ ਤੇ ਜਨ ਮਾਏ ਕਿੱਥੇ ਰਹਿ ਗਿਆ ਉਹ ਚੱਕ ਦੀਆਂ ਗੱਲੀਆਂ ਘੁੰਮ ਘੁੰਮ ਕੇ ਮੁਹੱਲੇ ਦੀਆਂ ਗੱਲਾਂ ਏ ਸੁਣ ਸੁਣ ਕੇ ਮਾਈ ਜਦੋਂ ਆਵੇਗਾ ਖਾਵਾਂਗਾ ਆਲੂ ਛੋਲੇ ਕੁੜੀ ਆ ਰਹੀ ਏ ਛੋਲੇ ਵੇਚਣ ਦਾ ਇਹ ਤਾਂ ਫਾਇਦਾ ਰੋਜ਼ ਨਵਾਂ ਨਵਾਂ ਚਿਹਰਾ ਵੇਖ ਲਓ ਹੈਲੋ ਜਨਾਬ ਆਲੂ ਲਓ ਛੋਲੇ ਲਓ ਮਟਰ ਲਓ ਪਿਆਜ਼ ਆਲੂ ਲਓ ਮਟਰ ਲਓ ਚਨੇ ਲਓ ਆਲੂ ਛੋਲੇ ਵੇਚ ਰਹੇ ਆਲੂ ਛੋਲੇ ਵੇਚ ਰਹੇ ਐਨਕ ਲਾ ਕੇ ਹੈ ਪਾਖਿਆ ਬਣਾ ਕੇ ਸੋਹਣਾ ਲੱਗਦਾ ਪਿਆ ਅੱਜ ਕੀ ਕਰਨਾ ਆ ਆਲੂ ਛੋਲੇ ਵੇਚਣਾ ਆਲੂ ਛੋਲੇ ਵੇਚਣਾ ਆਓ ਜੀ ਕੀ ਲੈਣਾ ਤੁਸੀਂ ਆਓ ਜੀ ਆਓ ਆਓ ਕੀ ਲੈਣਾ ਕੀ ਲਈ ਫਿਰਦਾ ਸਭ ਕੁਛ ਹੈ ਜੀ ਜੋ ਆਖੋ ਉਹੀ ਹਾਜ਼ਰ ਅੱਛਾ ਆਲੂ ਛੋਲੇ ਵਿਖਾ ਹਾਏ ਕਿਲੋ ਗਲਾਸ ਤੇ ਹਾਂ ਹੋਰ ਕੀ ਲਈ ਫਿਰਦਾ ਜੋ ਤੁਸੀਂ ਆਖੋ ਨਿਮਕੋ ਚੱਕਰਾ ਸੋਹਣੀ ਹੈ ਨਿਮਕੋ ਤਾਂ ਮਜ਼ੇਦਾਰ ਹੈ ਕੀ ਲੈਣਾ ਜੀ ਦੱਸੋ ਮੈਂ ਜੋ ਤੇਰੇ ਕੋਲ ਹੈਗਾ ਸਾਡੇ ਕੋਲ ਤਾਂ ਸਭ ਕੁਛ ਹੈਗਾ ਕੀ ਮਤਲਬ ਨਿਮਕੋ ਹੈਗੀ ਅਚਾਰ ਹੈਗਾ ਆਲੂ ਛੋਲੇ ਹੈਗੇ ਜੋ ਤੁਸੀਂ ਚਾਹੋ ਨਿਮਕੋ ਦੇ ਦੇ ਮੈਨੂੰ ਬਲਕਿ ਆਲੂ ਛੋਲੇ ਦੇ ਦੇ ਅੱਛਾ ਕਿੰਨੇ ਪੈਸੇ ਦੇਂਗਾ 10 ਰੁਪਏ ਮਿਲ ਜਾਣਗੇ ਕਿਲੋ ਇੱਕ ਕੁੜੀ ਤੋਂ ਪੈਸੇ ਲੈਂਦਾ ਮੈਂ ਚੰਗਾ ਲੱਗੇਗਾ ਤੁਸੀਂ ਇਹ ਸਾਰਾ ਕੁਝ ਲੈ ਜਾਓ ਮਤਲਬ ਇਹ ਸਾਰਾ ਕੁਝ ਲੈ ਜਾਓ ਤੁਹਾਡੇ ਹੀ ਹੈਗਾ ਮੇਰੇ ਕੀ ਅੱਛਾ ਤੂੰ ਰੋਜ਼ ਦਾ ਫ੍ਰੀ ਲੈ ਕੇ ਜਾਣਾ ਸਾਰੀਆਂ ਕੁੜੀਆਂ ਨੂੰ ਸਾਰੀਆਂ ਕੋ ਤੁਹਾਡੇ ਤਰ੍ਹਾਂ ਜ਼ਬੂਤ ਥੋੜੀ ਹੁੰਦੀਆਂ ਨੇ ਵਾਕਈ ਇਹ ਤਾਂ ਗੱਲ ਤੇਰੀ ਸਹੀ ਹੈ ਸਾਰੀਆਂ ਮੇਰੇ ਤਰ੍ਹਾਂ ਤਾਂ ਨਹੀਂ ਹੁੰਦੀਆਂ ਨਿੰਬੂ ਨਾ ਪੋੜ ਦੇ ਹਾਂਜੀ ਮੈਂ ਇੱਥੇ ਖਾ ਲਾਂਗੀ ਹੋਰ ਕੁਛ ਹੋਰ ਕੁਛ ਆਹੋ ਕੁਛ ਅੱਖ ਦੇ ਵਿੱਚ ਚਲਾ ਗਿਆ ਸੀ ਅੱਖ ਦੇ ਵਿੱਚ ਤੇਰੇ ਚਲਾ ਗਿਆ ਸੀ ਅੱਛਾ ਹੁਣ ਪੈਸੇ ਰਹਿਣ ਦਿਓ ਤੁਸੀਂ ਪੱਕਾ ਹੋਰ ਕੋਈ ਚੀਜ਼ ਲੈਣੀ ਜੀ ਨਹੀਂ ਹੋਰ ਕੁਛ ਨਹੀਂ ਲੈਣੀ ਮੈਂ ਚਲੋ ਫਿਰ ਮੈਂ ਕੱਲ ਆਵਾਂਗਾ ਠੀਕ ਹੈ ਕੱਲ ਫਿਰ ਦੇ ਕੇ ਜਾਈਏ ਇਸੇ ਟਾਈਮ ਤੇ ਇਸੇ ਟਾਈਮ ਜਾਏਗਾ ਕਿ ਹੁਣ ਧੱਕਾ ਮਾਰ ਕੇ ਕੱਢੀਏ ਤੈਨੂੰ ਇੱਥੋਂ ਵੱਡਾ ਆਸ਼ਕੀਆ ਕਰਨ ਠਰਕੀ ਕੱਲ ਆ ਬੱਚੂ ਕੱਲ ਤੇਰੇ ਨਾਲ ਮੈਂ ਮੁਕਾ ਛੋਲੇ ਛੋਲੇ ਅੱਜ ਨਹੀਂ ਖਾਣੇ ਖਾਣੇ ਤਾਂ ਸੀ ਪਰ ਕੀ ਕਰਦੀ ਅੱਜ ਪੈਸੇ ਨਹੀਂ ਹੈਗੇ ਮੇਰੇ ਕੋਲ ਕੀ ਕਿਹਾ ਪੈਸੇ ਨਹੀਂ ਹੈਗੇ ਮੈਨੂੰ ਰੋਜ਼ ਨਹੀਂ ਚੰਗਾ ਲੱਗਦਾ ਕਿ ਮੈਂ ਫ੍ਰੀ 'ਚ ਖਾਵਾਂ ਤੇਰੇ ਕੋਲ ਆਲੂ ਚਨੇ ਇਹਦਾ ਮਤਲਬ ਤੁਸੀਂ ਸਾਨੂੰ ਆਪਣਾ ਨਹੀਂ ਸਮਝਦੇ ਕੁਛ ਨਹੀਂ ਜੀ ਮੇਰੇ ਆਖਣ ਦਾ ਮਕਸਦ ਹੈ ਕਿ ਕੌਣ ਤੁਹਾਡੇ ਕੋਲ ਪੈਸੇ ਲੈ ਰਿਹਾ ਨਹੀਂ ਫਿਰ ਵੀ ਚੰਗਾ ਨਹੀਂ ਲੱਗਦਾ ਰੋਜ਼ ਤੁਹਾਡਾ ਇਸ ਤਰ੍ਹਾਂ ਤੁਹਾਡੇ ਕਾਰੋਬਾਰ ਦਾ ਨੁਕਸਾਨ ਹੋਏਗਾ ਨਹੀਂ ਜੀ ਅਸੀਂ ਲੈ ਕੇ ਤੁਹਾਡੇ ਵਾਸਤੇ ਆਨੇ ਆ ਤੁਸੀਂ ਸਾਰੇ ਲੈ ਜਾਓ ਮੋਟਰਸਾਈਕਲ ਹੀ ਤੁਹਾਡਾ ਨਹੀਂ ਮੈਂ ਨਹੀਂ ਖਾਣੇ ਆ ਕੀ ਹੋਇਆ ਨਹੀਂ ਕੋਈ ਟੈਨਸ਼ਨ ਹੈਗੀ ਮੈਂ ਨਹੀਂ ਖਾਣਾ ਮੈਂ ਉੱਥੇ ਬੈਠਣ ਲੱਗੀ ਆ ਉਹ ਨਹੀਂ ਨਹੀਂ ਉਹ ਗੱਲ ਤਾਂ ਸੁਣੋ ਕੀ ਹੋਇਆ ਕੀ ਹੈ ਦੱਸੋ ਤੇ ਸਹੀ ਮੈਨੂੰ ਨੀ ਚੰਗਾ ਲੱਗਦਾ ਰੋਜ਼ ਰੋਜ਼ ਫ੍ਰੀ ਚ ਖਾਣੇ ਆਲੂ ਚਨੇ
ਮੈਂ ਕਹਿ ਰਿਹਾ ਸੋਹਣਿਆ ਮੋਟਰਸਾਈਕਲ ਹੀ ਤੁਹਾਡਾ ਚਨੇ ਵੀ ਤੁਹਾਡੇ ਸਾਰਾ ਕੁਝ ਤੁਹਾਡਾ ਤੁਸੀਂ ਜੋ ਕੁਝ ਖਾਣਾ ਲੈ ਜਾ ਨਹੀਂ ਬਸ ਮੈਂ ਨਹੀਂ ਖਾ ਰਹੀ ਮੈਨੂੰ ਜਦੋਂ ਮੇਰੇ ਕੋਲ ਪੈਸੇ ਆ ਜਾਣਗੇ ਮੈਂ ਉਦੋਂ ਖਾ ਲਾਂਗੀ ਕੀ ਹੋਇਆ ਕਿਸੇ ਨੇ ਕੋਈ ਗੱਲ ਕੀਤੀ ਉਹਨੇ ਗੱਲ ਨਹੀਂ ਕੀਤੀ ਫਿਰ ਵੀ ਤੇਰੇ ਦਿਲ ਵਿੱਚ ਜਾਏਗਾ ਨਾ ਇੱਕ ਕੁੜੀ ਮੇਰੇ ਨਾਲ ਇਸ ਤਰ੍ਹਾਂ ਕਰਦੀ ਹੈ ਮੇਰੇ ਕੋਲ ਰੋਜ਼ ਫ੍ਰੀ ਆਲੂ ਚਨੇ ਖਾ ਲੈਂਦੀ ਹੈ ਉਹ ਨਹੀਂ ਨਹੀਂ ਮੈਨੂੰ ਤਾਂ ਇਸ ਗੱਲ ਦੀ ਖੁਸ਼ੀ ਹੁੰਦੀ ਹੈ ਤੁਸੀਂ ਮੇਰੇ ਕੋਲ ਰੋਜ਼ ਆਉਂਦੇ ਹੋ ਮੈਂ ਇਸ ਮੁੱਲੇ 'ਚ ਆਉਂਦਾ ਵੀ ਤੁਹਾਡੇ ਕਰਕੇ ਹਾਂ ਕਿ ਤੁਸੀਂ ਇਸ ਮੁੱਲੇ 'ਚ ਆਵੋ ਅਤੇ ਲੈ ਜਾਓ ਇਹ ਸਾਰਾ ਕੁਛ ਮੇਰੇ ਕੋਲ ਸੱਚੀ ਅਤੇ ਹੋਰ ਕੀ ਮੈਂ ਤੁਹਾਡੇ ਤੁਸੀਂ ਕੀ ਤੁਹਾਨੂੰ ਕੀ ਪਤਾ ਕਿ ਮੈਂ ਤੁਹਾਡੇ ਵਾਸਤੇ ਆਉਂਦਾ ਮੈਂ ਇਸ ਵਜ੍ਹਾ ਤੋਂ ਆਉਂਦਾ ਕਿ ਮੈਂ ਚਲੋ ਤੁਹਾਡੇ ਹੋਰ ਨੇ ਤੇ ਦੀਦਾਰ ਕਰ ਲਵਾਂ ਦਿਲ ਖੁਸ਼ ਹੋ ਜਾਂਦਾ ਹੋਰ ਕੀ ਹੈ ਮੈਂ ਇਸ ਵਜ੍ਹਾ ਤੋਂ ਆਉਂਦਾ ਸਿਰਫ ਅੱਛਾ ਪੈਸਾ ਕਮਾਵਾਂਗੇ ਖੂਬ ਕਮਾਵਾਂਗੇ ਆਲੂ ਛੋਲੇ ਰਲੇ ਖਾਵਾਂਗੇ ਠੀਕ ਰਿਹਾ ਵੈਰੀ ਗੁੱਡ ਇਸੇ ਤਰ੍ਹਾਂ ਰੋਜ਼ ਰੋਜ਼ ਆਹਿਸਤਾ ਆਹਿਸਤਾ ਤੂੰ ਵੀ ਅਨਮ ਦੇ ਨਾਲ ਰਲ ਗਿਆ ਹੈ ਅੱਛਾ ਜੀ ਮੇਰੀ ਪਲੈਨਿੰਗ ਤੇ ਚੱਲਣ ਲੱਗ ਗਿਆ ਛੋਟੇ ਖੂਬ ਪਲੈਨ ਚੱਲ ਓਏ ਇਹ ਕੁਝ ਕੁਝ ਤੂੰ ਨਹੀਂ ਕਰ ਸਕਦਾ ਅੱਛਾ ਜੀ ਹਾਂ ਮਾਫੀ ਜੀ ਚੱਲ ਚਲੋ ਗੋ